Bismillah ar-Rahman ar-Rahim. Assalamu alaikum nazreen aur sami. Aaj 17 November 2020. To badhte hain ek aur voice message ki janib dekhte hain. Is waqt hamare paas saath kaun hai, kya puchna chahte hain? Assalamu alaikum Dr. Saab, ki haal hai? Theek thaak ho? YouTube to number liya ji Dr. Saab, te phone is gale pakda hai to fir tusi abba kha ji main phone nahi chuk sakda WhatsApp te number raabta karo te main Ali Mirza bolna paya janab Ambra Kalan to zila Gujarat tehsil Khariya Dr. Saab, Bakri sui hai pehle thann pehle sahi hai te ik thann chon dudh koni aunda paya muh sadi vi koni te unj thani do teen taara aundiyan ne ਪਹਿਲੇ ਪਾਣੀ ਵਾਲੀਆਂ ਆਈਆਂ ਆਈਆਂ ਤੇ ਉਹਨੂੰ ਦੁੱਧ ਥੋੜਾ ਜਿਹਾ ਨਾ ਬਣੇ ਮਤਲਬ ਆਉਂਦਾ ਬਾਕੀ ਨਾ ਦੁੱਧ ਨਹੀਂ ਉਹਦੇ ਚ ਆਉਂਦਾ ਦੂਜੇ ਥਾਂ 'ਚ ਬਿਲਕੁਲ ਸਹੀ ਦੁੱਧ ਆਉਂਦਾ ਜਿਹੜੀਆਂ ਦੋ ਚਾਰ ਤਾਰਾਂ ਆਉਂਦੀਆਂ ਨੇ ਉਹ ਵੀ ਠੀਕ ਨੇ ਮਤਲਬ ਚੋਨਾ ਨਾ ਜਿਸ ਟਾਈਮ ਤਾਰਾਂ ਪੋਲੀਆਂ ਨਿਕਲਦੀਆਂ ਨੇ ਟੀਕੇ ਸ਼ਿਕੇ ਲਵਾਏ ਨੇ ਤੇ ਦੂਜੇ ਦੇਸੀ ਨੁਸਖੇ ਵੀ ਜਿਹੜੇ ਦੱਸੇ ਕਿਸੇ ਵੀ ਕੀਤੇ ਨੇ ਨਿੰਬੂ ਚੀਨੀ ਤੇ ਕਾਲੀ ਜੀਰੀ ਤੇ ਮਿਰਚਾਂ ਖੀਰਾ ਇਹ ਸਭ ਕੁਝ ਦਿੱਤਾ ਉਹ ਨਹੀਂ ਮਤਲਬ ਕਹੀਏ ਉਹ ਮੁਸਲਮ ਨਾਸਰ ਹੋਇਆ ਚੰਗਾ ਜਾ ਕੋਈ ਮਾਲੂਮਾਤ ਵਾਸਤੇ ਮਤਲਬ ਅੱਲਾ ਕਰੇ ਮੇਰੀ ਐਡੀ ਮਿਹਨਤਾਂ ਦੀ ਪੱਠ ਤੇ ਲਾਡਲੀ ਮੇਰੀ ਜਾਨ ਇਹਨੂੰ ਐਮ ਪੀ ਕਲੋਕਸ ਦੇ ਕੋਰਸ ਕਰਾਓ ਤੁਸੀਂ ਚੂੰਕਿ ਬਹੁਤ ਸਾਰੇ ਆਲਰੇਡੀ ਦੇਸੀ ਟੋਟਕੇ ਅਜ਼ਮਾ ਚੁੱਕੇ ਹੋ ਔਰ ਦੂਸਰੇ ਕਹਿੰਦੇ ਹੋ ਕਿ ਟੀਕੇ ਵੀ ਬੜੇ ਲਵਾਏ ਨੇ ਜਿਹੜਾ ਮੇਰੀ ਨਾਕਸ ਇਲਮ ਹੈ ਉਸ ਉਹਦੇ ਮੁਤਾਬਕ ਇਹ ਮੈਸਟਾਈਟਸ ਦੇ ਅਲਾਮਾਤ ਨੇ ਅਗਰ ਚੰਦ ਕਤਰੇ ਵੀ ਦੁੱਧ ਦੇ ਆਉਂਦੇ ਹੋਣ ਤਾਂ ਉਹਦਾ ਇਲਾਜ ਹੋ ਸਕਦਾ ਉਹ ਕਾਬਲੇ ਇਲਾਜ ਐਮ ਪੀ ਕਲੋਕਸ ਇੱਕ ਐਸਾ ਸੇਫ ਜਿਹਾ ਐਂਟੀਬਾਇਓਟਿਕਸ ਹੈ ਅਤੇ ਜਿਹੜੇ ਮੈਂ ਜਿਹਨੂੰ ਵੀ ਲਵਾ ਰਿਹਾ ਸਾਰਿਆਂ ਤੋਂ ਅਲਹਮਦੁਲਿਲਾ ਅਲਹਮਦੁਲਿਲਾ ਅੱਛੀ ਫੀਡਬੈਕ ਮਿਲ ਰਹੀ ਹੈ ਨਾ ਹੋਵੇ ਅਤੇ ਯੂਟਿਊਬ ਚੈਨਲ 'ਤੇ ਮੇਰੇ ਚੈਨਲ ਚੁੱਕੇ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਚੈਨਲ ਹੈ ਐਗਰੀਕਲਚਰ ਦੇ ਉੱਤੇ ਹਾਈਐਸਟ ਵੀਡੀਓਜ਼ ਅਲਹਮਦੁਲਿਲਾ ਅਲਹਮਦੁਲਿਲਾ ਉਹ ਇਸ ਵਕਤ ਫਕੀਰ ਦੀਆਂ ਨੇ ਅਤੇ ਤੁਸੀਂ ਬਿਹਤਰ ਹੈ ਕਿ ਐਮ ਪੀ ਕਲੋਕਸ ਦੇ ਪੰਜ ਪੰਜ ਸੀ ਸੀ ਦੇ ਇਹ ਚਾਰ ਦਿਹਾੜੇ ਲਓ ਐਮ ਪੀ ਕਲੋਕਸ ਅੱਲਾ ਰੱਬੁਲ ਇੱਜ਼ਤ ਠੀਕ ਕਰਨ ਵਾਲਾ ਅੱਲਾ ਦੀ ਜ਼ਾਤ ਹੈ ਇਨਸਾਨ ਕੁਝ ਨਹੀਂ ਕਰ ਸਕਦਾ ਕੋਸ਼ਿਸ਼ ਕਰ ਸਕਦਾ ਇਨਸ਼ਾਅੱਲਾ ਅੱਲਾ ਨੇ ਚਾਹਿਆ ਤਾਂ ਬਿਲਕੁਲ ਠੀਕ ਹੋ ਜਾਏਗੀ ਔਰ ਨਾਲ ਇਹਨੂੰ ਚਾਰ ਪੰਜ ਦਿਹਾੜੇ ਤੁਸੀਂ ਗਾਂ ਦਾ ਦੁੱਧ ਲੈ ਲੈਣਾ ਉਹਦੇ 'ਚ ਕੋਈ ਇਹ ਸਮਝੋ ਕਿ ਅੱਧਾ ਕਿਲੋ ਦੁੱਧ ਲੈ ਲਓ ਗਾਂ ਦਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਕਿ ਜਿਹੜੀ ਹੁੰਦਾ ਨਾ ਸਫੈਦ ਜ਼ੀਰਾ ਉਹ ਕੋਈ 20 ਗ੍ਰਾਮ ਸਫੈਦ ਜ਼ੀਰਾ ਪਾ ਲਓ ਅਤੇ ਉਹਦੇ ਵਿੱਚ ਜਿਹੜਾ ਹੁੰਦਾ ਇਹ ਨਹੀਂ ਹੁੰਦੇ ਥੋਮ ਚਲੋ ਤੁਹਾਨੂੰ ਹੁਣ ਇਸ ਪਾਸੇ ਨਹੀਂ ਲਾਉਂਦਾ ਤੁਸੀਂ ਸਿਰਫ ਸਫੈਦ ਜ਼ੀਰਾ ਚੰਗੀ ਤਰ੍ਹਾਂ ਕਾੜ ਕੇ ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਅਤੇ ਇਹਨੂੰ ਪਿਲਾ ਦਿਓ ਇਹ ਚਾਰ ਪੰਜ ਦਿਹਾੜੇ ਪਲਾਉਂਦੇ ਰਹੋ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲੋ ਕਰਮ ਨਾਲ ਇਹ ਟੀਕਿਆਂ ਨਾਲ ਇਹ ਕਲੀਨਿਕਲ ਮੈਸਟਾਈਟਸ ਹੈ ਠੀਕ ਹੋ ਜਾਏ ਔਰ ਫਿਰ ਤੁਸੀਂ ਮੈਨੂੰ ਦੱਸਣਾ ਕਿ ਕੀ ਹੋਇਆ ਕਿਉਂਕਿ ਫੀਡਬੈਕ ਬਹੁਤ ਜ਼ਰੂਰੀ ਹੈ ਅਤੇ ਤੁਸੀਂ ਪ੍ਰੋਗਰਾਮ ਮੇਰੇ ਦੇ ਇਹ ਵੀ ਪ੍ਰੋਗਰਾਮ ਹੋਣੀ ਅਪਲੋਡ ਹੋ ਕੇ ਤੁਹਾਨੂੰ ਮਿਲ ਜਾਏਗਾ ਠੀਕ ਹੈ ਮੇਰੀ ਜਾਨ ਫਿਕਰ ਨਾ ਕਰੋ ਅੱਲਾ ਫਜ਼ਲ ਕਰੇਗਾ ਔਰ ਪੂਰੇ ਗੁਜਰਾਤ ਨੂੰ ਔਰ ਪੂਰੇ ਤੁਹਾਡੇ ਪਿੰਡ ਨੂੰ
سلام فی امان اللہ.